ਹਸਪਤਾਲ 'ਚ ਕੰਟੀਨ ਦਾ ਠੇਕਾ ਦੇਣ ਲਈ ਮੰਗੀ ਰਿਸ਼ਵਤ। ਠੇਕੇਦਾਰ 50,000 ਰੁਪਏ ਲੈ ਕੇ ਪਹੁੰਚਿਆ SMO ਦਫ਼ਤਰ। ਪਿੱਛੇ ਪਿੱਛੇ ਪਹੁੰਚ ਗਈ ਵਿਜੀਲੈਂਸ ਦੀ ਟੀਮ। ਰਿਸ਼ਵਤ ਲੈਂਦਿਆਂ ਹੀ ਵਿਜੀਲੈਂਸ ਨੇ ਧਰ ਦਬੋਚਿਆ SMO। ਰਿਸ਼ਵਤ ਲੈਣ ਲਈ SMO ਲਗਾਤਾਰ ਠੇਕੇਦਾਰ ਨੂੰ ਕਰਦਾ ਸੀ ਤੰਗ ਪਰੇਸ਼ਾਨ। ਤਾਂ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ, ਮੈਂ ਲਕਸ਼ ਆਨੰਦ। ਇਸ ਵੇਲੇ ਦੀ ਵੱਡੀ ਖਬਰ ਤਰਨ ਤਾਰਨ ਤੋਂ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਿਵਲ ਹਸਪਤਾਲ ਦੇ SMO ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਨੇ ਰੰਗੇ ਹੱਥੀ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਹੈ। ਦਰਅਸਲ ਸਿਵਲ ਹਸਪਤਾਲ ਦੇ ਅੰਦਰ ਕੰਟੀਨ ਦਾ ਠੇਕਾ ਦੇਣ ਦੇ ਲਈ ਇਸ SMO ਨੇ ਇੱਕ ਠੇਕੇਦਾਰ ਦੇ ਕੋਲੋਂ 50,000 ਰੁਪਏ ਦੇ ਰਿਸ਼ਵਤ ਦੀ ਮੰਗ ਕੀਤੀ। ਜਦ ਉਸਨੇ ਮਨ੍ਹਾ ਕੀਤਾ ਤਾਂ ਇਸਨੇ ਉਸਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਠੇਕੇਦਾਰ ਵਿਜੀਲੈਂਸ ਵਿਭਾਗ ਕੋਲ ਪਹੁੰਚਦਾ ਹੈ। ਵਿਜੀਲੈਂਸ ਵਿਭਾਗ ਪਲਾਨ ਬਣਾਉਂਦਾ ਹੈ, 50,000 ਰੁਪਏ ਦੀ ਰਿਸ਼ਵਤ ਦੇਣ ਦੇ ਲਈ ਇੱਕ ਜਾਲ ਬੁਣਿਆ ਜਾਂਦਾ ਹੈ, ਜਿਸ ਤੋਂ ਬਾਅਦ SMO ਦੇ ਦਫ਼ਤਰ ਠੇਕੇਦਾਰ 50,000 ਰੁਪਏ ਲੈ ਕੇ ਪਹੁੰਚਦਾ ਹੈ। ਪਿੱਛੇ ਪਿੱਛੇ ਵਿਜੀਲੈਂਸ ਦੀ ਟੀਮ ਵੀ ਪਹੁੰਚ ਜਾਂਦੀ ਹੈ, ਜਿਸ ਤੋਂ ਬਾਅਦ SMO ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਹੈ। ਤਾਂ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਕਿ ਕਿਵੇਂ ਇਹ SMO ਹਸਪਤਾਲ ਦੇ ਵਿੱਚ ਕੰਟੀਨ ਖੋਲ੍ਹਣ ਦੇ ਬਦਲੇ 50,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਇਸਨੇ 50,000 ਰੁਪਏ ਦੀ ਰਿਸ਼ਵਤ ਲੈ ਵੀ ਲਈ ਸੀ। ਮੌਕੇ 'ਤੇ ਵਿਜੀਲੈਂਸ ਦੀ ਟੀਮ ਆਈ। ਦਰਅਸਲ ਜਿਹੜਾ ਠੇਕੇਦਾਰ ਹੈ, ਜਿਸ ਦੇ ਵੱਲੋਂ ਕੰਟੀਨ ਦਾ ਠੇਕਾ ਲੈ ਜਾਣਾ ਸੀ, ਜਿਹੜਾ ਕਿ ਕੰਟੀਨ ਚਲਾਉਂਦਾ ਸੀ, ਉਸਨੇ ਵਿਜੀਲੈਂਸ ਦੀ ਟੀਮ ਨੂੰ ਇਹ ਗੱਲ ਦਾ ਪਹਿਲਾਂ ਹੀ ਦੱਸ ਦਿੱਤਾ ਸੀ। ਤਾਂ ਵਿਜੀਲੈਂਸ ਦੀ ਟੀਮ ਨੇ ਪਹਿਲਾਂ ਹੀ ਜਾਲ ਵਿਛਾਇਆ ਹੋਇਆ ਸੀ। ਤਾਂ ਕਮਲਜੀਤ ਸਿੰਘ, ਜੋ ਕਿ SMO ਨੇ ਉਹਨਾਂ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਤਰਨ ਤਾਰਨ ਦੇ ਸਿਵਲ ਹਸਪਤਾਲ ਦੇ SMO ਨੇ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਫੜੇ ਗਏ ਨੇ। ਤਾਂ ਦੱਸ ਦਈਏ ਕਿ ਕਾਫੀ ਸੈਲਰੀ ਹੁੰਦੀ ਹੈ SMO ਦੀ ਇੱਕ, ਪਰ ਪਤਾ ਨਹੀਂ ਕਿਉਂ ਜਿਹੜੇ ਸਰਕਾਰੀ ਮੁਲਾਜ਼ਮ ਹੁੰਦੇ ਨੇ ਰਿਸ਼ਵਤ ਲੈਣ ਦਾ ਲਾਲਚ ਕਰ ਜਾਂਦੇ ਨੇ, ਤਾਂ ਇਸੇ ਚੱਕਰ ਦੇ ਵਿੱਚ ਆਪਣੀ ਜਿਹੜੀ ਨੌਕਰੀ ਹੈ ਉਹ ਵੀ ਗਵਾ ਬਹਿੰਦੇ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਹਨਾਂ 'ਤੇ ਕੀ ਕਾਰਵਾਈ ਕਰਦੀ ਹੈ। ਤਾਂ ਤਰਨ ਤਾਰਨ ਸਿਵਲ ਹਸਪਤਾਲ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਠੇਕੇਦਾਰ ਧਰਮਵੀਰ ਸਿੰਘ ਮਲਹਾਰ ਨੇ ਕੰਟੀਨ ਸੁਖਦੇਵ ਸਿੰਘ ਦੇ ਨਾਲ ਭਾਈਵਾਲੀ ਦੇ ਵਿੱਚ ਲੈ ਕੇ ਦਿੱਤੀ ਸੀ। ਇਸ ਦਾ ਠੇਕਾ 50,000 ਰੁਪਏ ਲੈ ਕੇ ਇਸ ਨੂੰ ਦਿੱਤਾ ਜਾਣਾ ਸੀ। 50,000 ਰੁਪਏ ਦੀ SMO ਨੇ ਰਿਸ਼ਵਤ ਮੰਗੀ। ਜਿਹੜਾ ਠੇਕੇਦਾਰ ਸੀ ਉਸਨੇ ਵਿਜੀਲੈਂਸ ਦੀ ਟੀਮ ਨੂੰ ਇਤਲਾਹ ਕੀਤਾ, ਜਿਸ ਤੋਂ ਬਾਅਦ ਹੁਣ SMO ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਸਪਤਾਲ 'ਚ ਕੰਟੀਨ ਦਾ ਠੇਕਾ ਦੇਣ ਲਈ ਮੰਗੀ ਰਿਸ਼ਵਤ। ਠੇਕੇਦਾਰ 50,000 ਰੁਪਏ ਲੈ ਕੇ ਪਹੁੰਚਿਆ SMO ਦਫ਼ਤਰ। ਪਿੱਛੇ ਪਿੱਛੇ ਪਹੁੰਚ ਗਈ ਵਿਜੀਲੈਂਸ ਦੀ ਟੀਮ। ਰਿਸ਼ਵਤ ਲੈਂਦਿਆਂ ਹੀ ਵਿਜੀਲੈਂਸ ਨੇ ਧਰ ਦਬੋਚਿਆ SMO। ਰਿਸ਼ਵਤ ਲੈਣ ਲਈ SMO ਲਗਾਤਾਰ ਠੇਕੇਦਾਰ ਨੂੰ ਕਰਦਾ ਸੀ ਤੰਗ ਪਰੇਸ਼ਾਨ। ਤਾਂ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ, ਮੈਂ ਲਕਸ਼ ਆਨੰਦ। ਇਸ ਵੇਲੇ ਦੀ ਵੱਡੀ ਖਬਰ ਤਰਨ ਤਾਰਨ ਤੋਂ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਿਵਲ ਹਸਪਤਾਲ ਦੇ SMO ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਨੇ ਰੰਗੇ ਹੱਥੀ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਹੈ। ਦਰਅਸਲ ਸਿਵਲ ਹਸਪਤਾਲ ਦੇ ਅੰਦਰ ਕੰਟੀਨ ਦਾ ਠੇਕਾ ਦੇਣ ਦੇ ਲਈ ਇਸ SMO ਨੇ ਇੱਕ ਠੇਕੇਦਾਰ ਦੇ ਕੋਲੋਂ 50,000 ਰੁਪਏ ਦੇ ਰਿਸ਼ਵਤ ਦੀ ਮੰਗ ਕੀਤੀ। ਜਦ ਉਸਨੇ ਮਨ੍ਹਾ ਕੀਤਾ ਤਾਂ ਇਸਨੇ ਉਸਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਠੇਕੇਦਾਰ ਵਿਜੀਲੈਂਸ ਵਿਭਾਗ ਕੋਲ ਪਹੁੰਚਦਾ ਹੈ। ਵਿਜੀਲੈਂਸ ਵਿਭਾਗ ਪਲਾਨ ਬਣਾਉਂਦਾ ਹੈ, 50,000 ਰੁਪਏ ਦੀ ਰਿਸ਼ਵਤ ਦੇਣ ਦੇ ਲਈ ਇੱਕ ਜਾਲ ਬੁਣਿਆ ਜਾਂਦਾ ਹੈ, ਜਿਸ ਤੋਂ ਬਾਅਦ
SMO ਦੇ ਦਫ਼ਤਰ ਠੇਕੇਦਾਰ 50,000 ਰੁਪਏ ਲੈ ਕੇ ਪਹੁੰਚਦਾ ਹੈ। ਪਿੱਛੇ ਪਿੱਛੇ ਵਿਜੀਲੈਂਸ ਦੀ ਟੀਮ ਵੀ ਪਹੁੰਚ ਜਾਂਦੀ ਹੈ, ਜਿਸ ਤੋਂ ਬਾਅਦ SMO ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਤਾਂ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਕਿ ਕਿਵੇਂ ਇਹ SMO ਹਸਪਤਾਲ ਦੇ ਵਿੱਚ ਕੰਟੀਨ ਖੋਲ੍ਹਣ ਦੇ ਬਦਲੇ 50,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਇਸਨੇ 50,000 ਰੁਪਏ ਦੀ ਰਿਸ਼ਵਤ ਲੈ ਵੀ ਲਈ ਸੀ। ਮੌਕੇ 'ਤੇ ਵਿਜੀਲੈਂਸ ਦੀ ਟੀਮ ਆਈ। ਦਰਅਸਲ ਜਿਹੜਾ ਠੇਕੇਦਾਰ ਹੈ, ਜਿਸ ਦੇ ਵੱਲੋਂ ਕੰਟੀਨ ਦਾ ਠੇਕਾ ਲੈ ਜਾਣਾ ਸੀ, ਜਿਹੜਾ ਕਿ ਕੰਟੀਨ ਚਲਾਉਂਦਾ ਸੀ, ਉਸਨੇ ਵਿਜੀਲੈਂਸ ਦੀ ਟੀਮ ਨੂੰ ਇਹ ਗੱਲ ਦਾ ਪਹਿਲਾਂ ਹੀ ਦੱਸ ਦਿੱਤਾ ਸੀ। ਤਾਂ ਵਿਜੀਲੈਂਸ ਦੀ ਟੀਮ ਨੇ ਪਹਿਲਾਂ ਹੀ ਜਾਲ ਵਿਛਾਇਆ ਹੋਇਆ ਸੀ। ਤਾਂ ਕਮਲਜੀਤ ਸਿੰਘ, ਜੋ ਕਿ SMO ਨੇ, ਉਹਨਾਂ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਤਰਨ ਤਾਰਨ ਦੇ ਸਿਵਲ ਹਸਪਤਾਲ ਦੇ SMO ਨੇ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਫੜੇ ਗਏ ਨੇ। ਤਾਂ ਦੱਸ ਦਈਏ ਕਿ ਕਾਫੀ ਸੈਲਰੀ ਹੁੰਦੀ ਹੈ SMO ਦੀ ਇੱਕ, ਪਰ ਪਤਾ ਨਹੀਂ ਕਿਉਂ ਜਿਹੜੇ ਸਰਕਾਰੀ ਮੁਲਾਜ਼ਮ ਹੁੰਦੇ ਨੇ ਰਿਸ਼ਵਤ ਲੈਣ ਦਾ ਲਾਲਚ ਕਰ ਜਾਂਦੇ ਨੇ, ਤਾਂ ਇਸੇ ਚੱਕਰ ਦੇ ਵਿੱਚ ਆਪਣੀ ਜਿਹੜੀ ਨੌਕਰੀ ਹੈ ਉਹ ਵੀ ਗਵਾ ਬਹਿੰਦੇ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਹਨਾਂ 'ਤੇ ਕੀ ਕਾਰਵਾਈ ਕਰਦੀ ਹੈ। ਤਾਂ ਤਰਨ ਤਾਰਨ ਸਿਵਲ ਹਸਪਤਾਲ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਠੇਕੇਦਾਰ ਧਰਮਵੀਰ ਸਿੰਘ ਮਲਹਾਰ ਨੇ ਕੰਟੀਨ ਸੁਖਦੇਵ ਸਿੰਘ ਦੇ ਨਾਲ ਭਾਈਵਾਲੀ ਦੇ ਵਿੱਚ ਲੈ ਕੇ ਦਿੱਤੀ ਸੀ। ਇਸ ਦਾ ਠੇਕਾ 50,000 ਰੁਪਏ ਲੈ ਕੇ ਇਸ ਨੂੰ ਦਿੱਤਾ ਜਾਣਾ ਸੀ। 50,000 ਰੁਪਏ ਦੀ SMO ਨੇ ਰਿਸ਼ਵਤ ਮੰਗੀ। ਜਿਹੜਾ ਠੇਕੇਦਾਰ ਸੀ ਉਸਨੇ ਵਿਜੀਲੈਂਸ ਦੀ ਟੀਮ ਨੂੰ ਇਤਲਾਹ ਕੀਤਾ, ਜਿਸ ਤੋਂ ਬਾਅਦ ਹੁਣ SMO ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।